ਸਾਡੇ ਆਦਰਨੀਯ ਲੀਡਰਸ਼ਿਪ ਚੇਅਰਮੈਨ ਮਾਰਕੀਟ ਕਮੇਟੀ ਦੋਨਾਂ ਹੀ ਕਮੇਟੀਆਂ ਦੇ ਲਗਾ ਲਾਤੇ ਔਰ ਢਿਲਵਾਂ ਦੇ ਵਾਈਸ ਚੇਅਰਮੈਨ ਸਾਹਿਬ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਮੈਂ ਦੇਖਿਆ ਬੈਠੇ ਆ ਕੇ ਪੰਜ ਸੱਤ ਪਿੰਡਾਂ ਦੇ ਚੰਗੇ ਚੰਗੇ ਔਰ ਪਿੱਛੇ ਵੀ ਜਿਹੜੇ ਸਾਰੇ ਬੈਠੇ ਆ ਸਾਰੀ ਕਰੀਮ ਆ ਆਪਣੇ ਇਸ ਇਹਨਾਂ ਪਿੰਡਾਂ ਦੀ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਜਿੱਦਾਂ ਮੇਰੇ ਛੋਟੇ ਭਰਾ ਸੁਖਜਿੰਦਰ ਸਿੰਘ ਉਹਨਾਂ ਨੇ ਗੱਲ ਕੀਤੀ ਸੰਧੂ ਸਾਹਿਬ ਨੇ ਕਿ ਆ ਆਪਣੇ ਚਾਰ ਸਾਲ ਥੋੜੇ ਜਿਹੇ ਮਿਸ ਹੋਏ ਨੇ ਦੋਸਤੋ। ਗੱਲ ਇਹ ਆ ਮੈਨੂੰ ਹੁਣ ਤਕਰੀਬਨ 25 ਸਾਲ ਤਾਂ ਮੈਨੂੰ ਫਿਰਦਿਆਂ ਨੂੰ ਹੋ ਗਏ ਤੁਹਾਡੇ ਦਰਮਿਆਨ ਤੇ ਉਸ ਤੋਂ ਪਹਿਲਾਂ 25 ਸਾਲ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਸੇਵਾ ਕੀਤੀ। ਕੁਛ ਗੱਲਾਂ ਨਾ ਜਿਹੜੀਆਂ ਹੋਣੀਆਂ ਹੁੰਦੀਆਂ ਉਹ ਸਮੇਂ ਸਿਰ ਹੀ ਹੋਣੀਆਂ ਹੁੰਦੀਆਂ। ਹਰ ਗੱਲ ਦਾ ਕੋਈ ਸਮਾਂ ਤੈਅ ਹੁੰਦਾ ਵਾ। ਕੁਦਰਤ ਉਦਾਂ ਦੇ ਹਾਲਾਤ ਪੈਦਾ ਕਰਦੀ ਆ, ਉਦਾਂ ਦੇ ਦੋਸਤ ਮਿੱਤਰ ਮਿਲਦੇ ਨੇ, ਉਦਾਂ ਦੇ ਦਰਵਾਜ਼ੇ ਖੁੱਲਦੇ ਨੇ ਤੇ ਫਿਰ ਤੁਸੀਂ ਜਿਹੜਾ ਹੈਗਾ ਕਿਸੇ ਮੁਕਾਮ ਤੇ ਪਹੁੰਚਦੇ ਨੇ। ਤੁਸੀਂ ਸਾਰਿਆਂ ਨੇ ਮੇਰੀ ਬੜੀ ਸਿਫਤ ਕੀਤੀ, ਸ਼ਰਨਜੀਤ ਨੇ ਵੀ ਕੀਤੀ, ਰਸ਼ਪਾਲ ਜੀ ਮੇਰੇ ਭਰਾ ਨੇ, ਪਰਿਵਾਰ ਹੀ ਆ ਸਾਡਾ ਸਾਰਿਆਂ ਦਾ ਕਿ ਅਸੀਂ ਹਮੇਸ਼ਾ ਆਪਣੇ ਵੱਲੋਂ ਯਤਨ ਕੀਤਾ ਕਿ ਆਪਣੇ ਇਲਾਕੇ ਲਈ ਜ਼ਿਆਦਾ ਤੋਂ ਜ਼ਿਆਦਾ ਕੰਮ ਕਰੇਗਾ। ਥੋੜ੍ਹਾ ਜਿਹਾ ਕੇਅਰਨੈਸ ਜਿੱਦਾਂ ਕਹਿੰਦੇ ਸਤਾਰਾ ਵੀ ਤੇਜ਼ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਤੁਸੀਂ ਮੈਨੂੰ ਵੋਟਾਂ ਪਾਉਣ 'ਚ ਕਦੇ ਕੋਈ ਕਸਰ ਨਹੀਂ ਛੱਡੀ। ਥੋੜ੍ਹਾ ਸਤਾਰਾ ਮੇਰਾ ਕਮਜ਼ੋਰ ਹੈਗਾ ਵਾ, ਸਟਾਰ ਜਿਹਨੂੰ ਕਹਿੰਦੇ ਪੰਜਾਬੀ ਦੇ ਵਿੱਚ ਅੰਗਰੇਜ਼ੀ 'ਚ, ਉਹ ਕਿੱਦਾਂ ਸੁਣੋ ਕਿ ਮੈਂ ਦੋ ਵਾਰੀ MLA ਬਣਾਇਆ ਤੁਸੀਂ ਮੈਨੂੰ, ਇੱਕ ਵਾਰੀ 2007 ਵਿੱਚ ਬਣਾਇਆ, ਬਹੁਤ ਲੋਕਾਂ ਨੇ ਕੰਮਾਂ ਦੀ ਕਦਰ ਕੀਤੀ, ਉਦੋਂ ਵੀ ਆਪਾਂ ਬਥੇਰਾ ਕੁਛ ਆਪਣੇ ਇਲਾਕੇ 'ਚ ਕੀਤਾ ਸੀਗਾ ਤੇ ਤੁਸੀਂ ਮੈਨੂੰ ਜਿਤਾਤਾ ਸਰਕਾਰ ਦੂਜੇ ਪਾਸੇ ਅਕਾਲੀਆਂ ਦੇ ਬਣ। ਉਹ 5 ਸਾਲ ਤਾਂ ਮੈਂ ਸਮਝ ਲਓ ਵੀ ਮੁਕੱਦਮੇ ਹੀ ਲੜਦਾ ਰਹਿ ਗਿਆ, ਆਪਣੇ ਆਪ ਨੂੰ ਬਚਾ, ਦੂਜਿਆਂ ਨੂੰ ਬਚਾ, ਬਹੁਤ ਝੂਠੇ ਮੁਕੱਦਮੇ ਕੀਤੇ ਗਏ, ਗਲਤ ਸੀ ਗੱਲ ਸਾਰੀ। ਇੱਕ ਵਾਰ ਫਿਰ ਅਕਾਲੀ ਦਲ ਦੀ ਸਰਕਾਰ ਬਣ ਗਈ, ਅਗਲੀ ਵਾਰੀ ਇਲੈਕਸ਼ਨ ਆਈ ਤੇ ਇੱਕ ਵਾਤਾਵਰਨ ਜਿਹਾ ਬਦਲਿਆ ਹੋਇਆ ਸੀਗਾ, ਕਿਉਂਕਿ ਆਪਣੇ ਇਲਾਕੇ 'ਚ ਬਹੁਤ ਸਾਰੇ ਲੋਕ ਨਾ ਵਿਦੇਸ਼ਾਂ 'ਚ ਬੈਠੇ ਨੇ ਸਾਰੇ ਤੇ ਸਾਰਿਆਂ ਨੇ ਮੈਨੂੰ ਰਾਏ ਦਿੱਤੀ ਸੀ ਕਿ ਕੇਜਰੀਵਾਲ ਇੱਕ ਬੜਾ ਸੀਗਾ ਆਗੂ ਉੱਠਿਆ ਵੀ ਦੇਸ਼ ਵਿੱਚ, ਆਓ ਯਾਰ ਆਪਾਂ ਇੱਕ ਵਾਰੀ ਮੌਕਾ ਇਹਨਾਂ ਨੂੰ ਵੀ ਦੇ ਕੇ ਦੇਖੀਏ ਤੇ ਤੁਸੀਂ ਵੀ ਲੜਦੇ ਭਿੜਦੇ ਆ, ਲੋਕਾਂ ਦੇ ਹਕੂਕ ਦੀ ਗੱਲ ਕਰਦੇ ਆ, ਭ੍ਰਿਸ਼ਟਾਚਾਰ ਦੇ ਵੀ ਖਿਲਾਫ਼ ਲੜਦੇ ਆ ਤੇ ਤੁਹਾਨੂੰ ਵੀ ਸਾਡੀ ਸਾਰਿਆਂ ਦੀ ਰਾਏ ਆ ਕਿ ਆਓ ਆਪਾਂ ਇੱਕ ਵਾਰੀ ਆਮ ਆਦਮੀ ਪਾਰਟੀ ਸ਼ਾਮਿਲ। ਮੈਂ ਸਾਰੇ ਇਲਾਕੇ ਨੂੰ ਵਰਕਰ ਸੱਦੇ, ਸਾਰਿਆਂ ਨੇ ਰਾਏ ਕੀਤੀ, ਲਗਭਗ 95% ਲੋਕਾਂ ਦੀ ਸਹਿਮਤੀ ਸੀਗੀ ਕਿ ਆਪਾਂ ਨੂੰ ਆਮ ਆਦਮੀ ਚਲਾਉਣਾ ਸੀ, ਆਪਾਂ ਆਮ ਆਦਮੀ ਤੋਂ ਲੜੇ। ਤੁਸੀਂ ਓਦਾਂ ਹੀ ਬਣੇ ਬਣਾਇਆ ਨੇ, ਸਾਰਿਆਂ ਨੇ ਮੇਰੀ ਮਦਦ ਕਰਕੇ ਮੈਨੂੰ ਐਮ ਐਲ ਏ ਬਣਾ ਤਾ, 17 ਮੇਰਾ ਫੇਲ ਢਿੱਲਾ ਹੋ ਗਿਆ ਤਾਂ ਸਰਕਾਰ ਵਿਰੋਧੀ ਧਿਰ ਦਾ ਆਗੂ। ਹੁਣ ਵਿਰੋਧੀ ਧਿਰ ਦੇ ਆਗੂ ਦਾ ਜਿਹੜਾ ਰੁਤਬਾ ਬਹੁਤ ਵਧੀਆ ਤਾਕਤਵਰ ਰੁਤਬਾ ਵਾ, ਜੇ ਉਹਨੂੰ ਇਸਤੇਮਾਲ ਕਰੇਗਾ। ਜੇ ਇਕੱਲੀ ਕੋਠੀ ਦੇਖਣੀ ਆ, ਇੱਕ ਕਿੱਲੇ ਦੀ ਕੋਠੀ ਆ ਚੰਡੀਗੜ੍ਹ ਤੇ ਗੱਡੀਆਂ ਮੋਟਰਾਂ ਦੇਖਦੇ ਆ, ਮੈਂ ਵੀ ਰੂਟੀਨ ਪੋਲੀਟਿਕਸ ਜਿਹੜੀ ਇਸ ਦੇਸ਼ ਵਿੱਚ ਚੱਲਦੀ ਆ, ਖੁਸ਼ਾਮਦ ਦੀ, ਪੈਸੇ ਦੀ ਤੇ ਨਰਮ ਨਰਮ ਦੀਆਂ ਗੱਲਾਂ ਕਰਨ ਦੀ ਸੈਟਿੰਗ ਹੁੰਦੀ ਆ ਹਰ ਇੱਕ, ਕਈ ਵਾਰੀ ਵਿਰੋਧੀ ਤੇ ਸਰਕਾਰ ਸੈੱਟ ਕਰ ਲੈਂਦੀ, ਇੰਨਾ ਕੁ ਮੈਂ ਬੋਲੂੰਗਾ ਤੇ ਇੰਨੀ ਕੁ ਮੇਰੀ ਗੱਲ ਮੰਨ ਲਿਆ ਕਰੋ ਤੇ ਮੈਂ ਤੁਹਾਡੇ ਨਾਲ ਸਹਿਮਤੀ ਜਤਾਈ। ਇਹ ਮੇਰੇ 'ਚ ਨੁਕਸ ਹੈ, ਮੇਰੇ 3-4 ਨੁਕਸ ਹੈਗੇ ਵੱਡੇ। ਇੱਕ ਤਾਂ ਮੈਂ ਕਿਸੇ ਨੂੰ ਦੋਗਲੀ ਗੱਲ ਨਹੀਂ ਕਰ ਸਕਦਾ, ਇੱਕ ਮੈਂ ਕਿਸੇ ਦੀ ਖੁਸ਼ਾਮਦ ਨਹੀਂ ਕਰ ਸਕਦਾ, ਇੱਜ਼ਤ ਜ਼ਰੂਰ ਕਰ ਸਕਦਾ ਸਰ ਦੀ, ਖੁਸ਼ਾਮਦ ਨਹੀਂ ਕਰ ਸਕਦਾ। ਇੱਕ ਮੇਰੇ ਕੋਲ ਇੱਦਾਂ ਦਾ ਸਰਮਾਇਆ, ਕਿਉਂਕਿ ਅੱਜ ਸਰਮਾਏਦਾਰਾਂ ਦੀ ਪੋਲੀਟਿਕਸ ਹੈ ਤੇ ਦੇਖੋ ਸਾਰੇ ਸਰਮਾਏਦਾਰ ਅੱਜ ਪੋਲੀਟਿਕਸ ਨੂੰ ਲੋਕਾਂ ਨੇ ਤਜਾਰਤ ਤੇ ਦੁਕਾਨਦਾਰੀ ਤੇ ਵਪਾਰ ਬਣਾਇਆ ਹੋਇਆ ਵਾ, ਇਹਨੂੰ ਆਪਾਂ ਪਛੜ ਰਹੇ ਹਾਂ। ਕਿਉਂਕਿ ਜਿੰਨੇ ਲੀਡਰ ਆਉਂਦੇ ਨੇ ਉਹ ਕਹਿੰਦੇ ਪਹਿਲਾਂ ਆਪਣਾ ਢਿੱਡ ਭਰਾਂ, ਆਪਣੀਆਂ ਬੱਸਾਂ ਬਣਾਵਾਂ, ਆਪਣੇ ਹੋਟਲ ਬਣਾਵਾਂ, ਆਪਣੀ ਕੋਈ ਮਿੱਲ ਲਾਵਾਂ, ਆਪਣਾ ਕੋਈ ਸਕੂਲ ਖੜਾ ਕਰਾਂ, ਆਪਣਾ ਕੋਈ ਕਾਲਜ ਬਣਾਵਾਂ, ਪਹਿਲਾਂ ਮੈਨੂੰ ਮੁਨਾਫਾ ਹੋਵੇ। ਆਪਣੇ ਵਪਾਰਾਂ ਨੂੰ ਵਧਾਉਣ ਦੇ ਚੱਕਰ ਵਿੱਚ ਉਹ ਆਮ ਤੌਰ ਤੇ ਲੋਕਾਂ ਦੀਆਂ ਜਿਹੜੀਆਂ ਮੁੱਢਲੀਆਂ ਗੱਲਾਂ ਨੇ ਉਹਨਾਂ ਨੂੰ ਅਣਗੌਲਿਆਂ ਕਰਦੇ ਨੇ, ਇਹ ਮੇਰੇ ਨੁਕਸ ਸੀਗੇ। ਤਾਂ ਮੈਂ ਜਦੋਂ ਵਿਰੋਧੀ ਧਿਰ ਦਾ ਲੀਡਰ ਬਣ ਗਿਆ, ਮੇਰੇ ਸਾਹਮਣੇ ਜਦੋਂ ਕੋਈ ਕੰਮ ਗਲਤ ਹੁੰਦਾ ਸੀਗਾ, ਮੈਂ ਗਲਤ ਨੂੰ ਗਲਤ ਕਹਿਣਾ ਵਾ, ਮੈਂ ਤੁਹਾਨੂੰ ਠੀਕ ਨਹੀਂ ਕਹਿ ਸਕਦਾ। ਬਹੁਤ ਸਾਰੇ ਲੋਕ ਉਹ ਕੀ ਕਹਿੰਦੇ ਹੁੰਦੇ, ਦੁੱਧ 'ਚ ਮੱਖੀ ਪੀ ਜਾਂਦੇ ਨੇ, ਮੈਂ ਨਹੀਂ ਕਰ ਸਕਦਾ ਤੇ ਮੈਂ ਉਹਦਾ ਵਿਰੋਧ ਕਰਨ ਲੱਗ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਵਿਰੋਧ ਕੀਤਾ ਮੈਂ ਵਿੱਚੇ ਡਰੱਗਸ ਦੇ ਮਸਲੇ ਤੇ, ਕਰਪਸ਼ਨ ਦੇ ਮਸਲੇ ਤੇ, ਕਿ ਮੇਰਾ ਪੇਚਾ ਪੈ ਗਿਆ ਸਰਕਾਰ ਨਾਲ। ਕੇਜਰੀਵਾਲ ਨੇ ਤਾਂ ਇੱਕ ਕਹਿੰਦੇ ਹੁੰਦੇ ਕਿ ਉਹ
एक चोर दरवाजा जिहा लभ के बिक्रम मजीठिया नाल गल करके सैटिंग करके उन्हां दा जिहड़ा आपस मुकदमे चलदे सी उन्हां ने केजरीवाल ने माफी मांग ली ते केजरीवाल हुण वी फरार हो गए पंजाब दे विचों रहि गए असीं लड़न वाले इत्थे मैं जदों लड़दा सीगा अक्सर सरकार नूं गलत कहांगे जिदां मिसाल दे तौर ते खड्डां दा नीलामी दी गल्ल आई राणे गुरजीत दे खिलाफ मैं मोर्चा खोलिया उहनूं इस्तीफा देना पै गया मेरा तां पिछा पै गया सरकार दे नाल ते केजरीवाल साहब पिछों भज गए नहीं तां पार्टी खड़दी मेरे नाल मेरे मगर खड़ के मेरी सपोर्ट करदी उन्होंने मेरी सपोर्ट करने की बजाय उन्होंने मैं ला के फले किया उन्होंने मौका देता मैं सरकार के मोहरे और तुम सारे जानते हैं ना कि मैं मैं किस में इन्वॉल्व होया मैं कहे करके होया वा पंजाब के हकूक की गल करके मेरे से और परे फाजिलका जो गुरदेव सिंह लखन के पटियाला मामला मेरे से NDPS का परचा जोड़ दिता 20 साल कैद हुई है उन्होंने जे मैं सुप्रीम कोर्ट ना ना बचा मैं उ जेल के होना 20 साल वास्ते अंदर उन्होंने 20 साल कैद हुई है एड्डी खतरनाक राजनीति के लंघ के मैं गया पर मैं उत्थे खड़ा रहा जिथे सीगा मैं अपनी लड़ाई लड़ता रहा डट के आ जिहड़े पिछे मेरे ते इनफोर्समेंट डायरेक्टरेट ने रेड किए जिन्हों ED कहने हैं ED का CBI नालों भी पावरफुल एजेंसी आ चकदी ना मिनिस्टरां नूं सारयां नूं घरां चों चक के चिदंबरम नूं लै गए थे कि नहीं लै गए कन्न टप के उस एजेंसी ने मेरे से छापे मारे मैं की चीज़ आया इत्थे सिर्फ इस करके क्योंकि मैं लोगों की गल करता सी मैं अंदोलन च जांदा सी मैं वो मुंडा नवनीत मारिया गया डिप्टी पेदा उत्ते रुद्रपुर दे लागे मैं उहदी गल चक्की उन्होंने मैं रिडार से आ गया भी एक बंदा पंजाब दे विचों बोलता है चको पहला इहदे मूँह बंद करवाउणा चाहीदा सो मैं तो हमेशा एक सही गल के उत्ते पहरा दिता निडरता दे नाल अपनी राजनीति की फिर उहदी कीमत अदा कर रहा वा मैं असल जिहड़ी कहानी हैगी मेरे लिए मेरे च 100 नुक्स हो सकते हैं जिदा मैं पहला कहा नुक्स हर एक आदमी आप सारे इंसान आप सारे की कहते होंगे कि 100 क्लास गुण होंगे कोई हो ही नहीं सकता जी मेरे 100 नुक्स है कि मैं फैसला गलत ले लिया जी मैं केजरीवाल नाल चले गया जी मैं फलाने पास चले गया पर एक मैं तुम्हें कहना चाहता कि मैं कभी जिंदगी छाने लोगों के सूखे लोगों का बेईमान नहीं करी नुक्स हो सकता फैसला लैन च नीयत कभी खोटी नहीं गई अपने लोगों के तैयू अब तुम सारे इधर फिर बैठे नहीं तो वरना एक आदमी पार्टी छड़ जाता फिर वापस आता वा 100 गल्लां खिलाफ होंगे और मेरे खिलाफ लोगों मेरे मेरे अंदरूनी जज्बातों का पता वा और मैं तुम्हें यही कहना चाहता कि ठीक है मैं कितने रहा फर्ज को एक मिनट वास्ते मैं कितने चले गया मैं वापस आ गया कितने रहा पर मेरा दिल जरा धड़कता वा वो अपने सूबे के लोगों की धड़कता अपने इलाके के लोगों की धड़कता एक तो तुम मैं यही गल कहनी क्योंकि राजनीति जी मेरे वर्ग के बंदा का असल मैंने अज की राजनीति मैं अगर मैं यही राजनीति किसी अच्छे विकसित मुल्क च करता हूं तो मैं बहुत टॉप पर होना सी क्योंकि की गुण चाहिए ने राजनीति के लिए राजनीति से बेसिकली चाहिए वा कि एक बंदा योग हो उसू वाकफियत हो सारे हालात की वो वाहगुरु की कृपा के नाल है अपने को पिछोकड़ वाहगुरु की कृपा के नाल मेरे को बोलन पढ़न लिखन रिसर्च कर मैं परमात्मा वाहगुरु ने एक कपैसिटी दिती हुई है विधानसभा के किसी भी जगह कि जिथे किसी कोई गल अख झक पा के कहनी हो मैं कहने की समर्था रखता से सारे गुण सच बोलन का ये अगर मैं किसी विदेश में करता हूँ राजनीति तो मैं कितने तक कितने होना सी पर अपने देश में अनफॉर्चुनेटली अवगुण बन गए ने लीडर की भालते ने अज की डेट में लीडर भालते ने कि जो मगर MLA खड़ा वो सिर्फ जो अं कही कि हथ खड़ा कर दो हथ खड़ा कर दो असं कही रात है हाँ जी रात है जी असं कही जी दिन है हाँ जी दिन है जी इदा के जोड़े गुण पालन के लागे चक्कर वो राजनीति का म्यार डिगदा 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 बहुत नीवा हो गया इस करके जड़ा है मैं बनया नहीं सी इस गल वास्ते मैं तो अपने मेरे पिता जी पुलिस में सके DSP की क्लास 1 जॉब से अमृतसर के सारे शहर में एको DSP होंगे हूँ तो मैं लगता 25-30 होने DSP ज़्यादा ही होने एको DSP से तो उतो उन्होंने जॉब छी जस्टिस गुरनाम सिंह जो उस वेले चीफ मिनिस्टर से मेरे पिता जी के दोस्त से उन्होंने कहा काका तेरा चेन चक्कर बहुत वधिया तेनों असं राजनीति से लेके आना उन्होंने राजनीति से लिया तो असं आ गए इतने इलेक्शन दे सर मैं मेरिया 6 भैन ने मैं कला ही उन्होंने सपुत्र सिगा तो मैं पढ़ता हूँ बाहर उ मैं हिमाचल शिमले मैं भेजा से पढ़ने वास्ते मैं उ पढ़ता सगा तो मौसम बड़ा अच्छा रहना उ पहाड़ों के तो मैं जो इतने कहीं छुट्टी आना तो मेरे पापा जी ने कहना चल आज तुम अच्छ बेगोवाल घूम के लिए मैं जाना बुरी के लाल तो रहने गर्मी मैं कहना ये कि काम पै गए तुम मेरा कोई ध्यान नहीं मैं करना भी नहीं चाहता पर हालात जोड़े ना जिदा मैं शुरू चाह कि कुदरत इदा के साधन पैदा कर दी इदा के हालात पैदा कर दिया कि मैं
ਪਾਪਾ ਜੀ ਨੂੰ ਉਹਨਾਂ ਦਿਨਾਂ ਚ ਜਿਹੜਾ 80 ਦਾ ਦਹਾਕਾ ਸੀ ਤੇ 90 ਦਾ ਦਹਾਕਾ ਸੀ ਬੜਾ ਇਮਤਿਹਾਨ ਦਾ ਦਹਾਕਾ ਸੀਗਾ। ਜੇਲ੍ਹਾਂ ਦੂਰ ਦੁਰਾਡੇ, ਇੱਥੇ ਛੋਟੀ ਮੋਟੀ ਜੇਲ੍ਹ ਨੀ, ਮੇਰੇ ਪਿਤਾ ਜੀ ਨੂੰ ਕਿੱਥੇ ਕਿੱਥੇ ਰੱਖਿਆ ਤੁਸੀਂ ਬਹੁਤ ਸਾਰੇ ਜਾਣਦੇ ਨੇ, ਸੰਧੂ ਸਾਹਿਬ ਦਾ ਪਰਿਵਾਰ ਜਾਂ ਜਿਹੜੇ ਰਿਸ਼ਪਾਲ ਜੀ ਦੇ ਇਹਨਾਂ ਦੇ ਪਿਤਾ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੀਗਾ ਅਕਾਲੀ ਜਥੇ ਦੇ ਜਥੇਦਾਰ ਸੁਰਜੀਤ ਸਿੰਘ ਜੀ ਬੱਚਾ ਜੀ ਵੀ। ਅਗਰਤਲਾ ਜੇਲ੍ਹ ਕਦੀ ਤੁਸੀਂ ਸ਼ਾਇਦ ਸੁਣੀ ਹੋਣੀ ਆ, ਤ੍ਰਿਪੁਰਾ ਇੱਕ ਸਟੇਟ ਹੈਗੀ ਆ ਵੈਸਟ ਬੰਗਾਲ ਦੇ ਲਾਗੇ, ਇੱਕ ਪੂਰਾ 365 ਦਿਨ ਉੱਥੇ ਨਜ਼ਰਬੰਦ ਕੀਤਾ ਗਿਆ ਮੇਰੇ ਪਿਤਾ ਜੀ। ਹਜ਼ਾਰੀਬਾਗ ਜੇਲ੍ਹ ਉੱਥੇ ਬਿਹਾਰ 'ਚ, ਕਿਉਂਝਰ ਉੜੀਸਾ 'ਚ, ਫਤਿਹਪੁਰ ਸਿਕਰੀ ਯੂਪੀ 'ਚ, ਤਿਹਾੜ ਜੇਲ੍ਹ ਬਹੁਤ ਲੰਬਾ ਸਮਾਂ, ਅੰਬਾਲੇ ਦੀ ਜੇਲ੍ਹ ਬਹੁਤ ਲੰਬਾ ਸਮਾਂ, ਚੰਡੀਗੜ੍ਹ ਦੀ ਬੁੜੈਲ ਜੇਲ੍ਹ ਬਹੁਤ ਲੰਬਾ ਸਮਾਂ, ਅਤੇ ਪੰਜਾਬ ਦੀਆਂ ਤਾਂ ਗੱਲਾਂ ਹੀ ਛੱਡ ਦਿਓ। ਇਕੱਲੇ ਫਿਰੋਜ਼ਪੁਰ ਜੇਲ੍ਹ ਵਿੱਚ 19 ਮਹੀਨੇ ਐਮਰਜੈਂਸੀ ਦੇ ਖਿਲਾਫ ਮੇਰੇ ਪਿਤਾ ਜੀ ਨੇ ਤਾਂ 14 ਸਾਲ ਨੇ ਫਿਰੋਜ਼ਪੁਰ ਜੇਲ੍ਹ ਵਿੱਚ ਜੇਲ੍ਹ ਕੈਦ ਕਰਕੇ, ਮੈਂ ਇੱਥੇ ਹੁੰਦਾ ਸੀਗਾ ਜਦੋਂ ਜਾਣਾ। ਆਹ ਇੱਥੇ ਦਰਿਆ ਟੱਪ ਕੇ ਨਾ ਉਦੋਂ ਕਾਵਾਂ ਵਾਲਾ ਪੱਤਣ ਦਾ ਪੁਲ ਹੁੰਦਾ ਸੀ, ਉਹ ਡਬਲ ਪੁਲ ਸੀਗਾ, ਸੜਕ ਕੰਮ ਟ੍ਰੇਨ, ਇੱਧਰੋਂ ਜਾਣਾ ਮਿਲਣਾ ਸੀ, ਉੱਧਰੋਂ ਕਾਹਲੀ ਹੁੰਦੀ ਸੀ ਵੀ ਛੇਤੀ ਆ ਜਾਓ, ਨਹੀਂ ਤਾਂ 5 ਵਜੇ ਉਹ ਕਾਰਾਂ ਦੀ ਗੱਡੀਆਂ ਦੇ ਗੇਟ ਬੰਦ ਕਰ ਦਿੰਦੇ ਸੀ। ਇਸ ਤਰ੍ਹਾਂ ਦੇ ਹਾਲਾਤਾਂ 'ਚੋਂ ਅਸੀਂ ਲੰਘ ਕੇ ਗਏ ਹਾਂ। ਮੈਨੂੰ ਤਾਂ ਆਉਣਾ ਪਿਆ, ਉਹਦਾ ਕਾਰਨ ਸੀਗਾ ਕਿ ਮੇਰੇ ਜਦੋਂ ਇਹ 80 ਦੇ ਦਹਾਕੇ 'ਚ 90 ਦੇ ਦਹਾਕੇ 'ਚ ਪਾਪਾ ਜੀ ਬਹੁਤ ਜੇਲ੍ਹਾਂ 'ਚ ਜਾਣ ਲੱਗੇ, ਮੈਂ ਘਰ ਬਹਿਣਾ ਪਿਆ, ਮੇਰੀ ਪੜ੍ਹਾਈ ਵੀ ਸਫਲ ਹੋਈ ਹੈ। ਆਹ ਜੇ ਤੁਸੀਂ IPS IAS ਅਫਸਰ ਦੇਖਦੇ, ਬੰਦੇ ਬਣਦੇ, ਮੈਂ ਵੀ ਬਣ ਸਕਦਾ ਸੀ, ਕੋਈ ਇੱਡੀ ਗੱਲ ਨਹੀਂ ਸੀ। ਪਰ ਮੈਂ ਜਦੋਂ ਉਹਨਾਂ ਨੇ ਡਿਟੇਨ ਕੀਤਾ ਗਿਆ ਜੇਲ੍ਹਾਂ 'ਚ, ਗਿਆ ਮੈਂ, ਮੈਨੂੰ ਪਿੰਡ ਬਹਿਣਾ ਪਿਆ, ਮੈਨੂੰ ਉਹਨਾਂ ਦੀ ਜ਼ਿੰਮੇਵਾਰੀ, ਮੇਰੀਆਂ 3 ਭੈਣਾਂ ਦੀ ਸ਼ਾਦੀ ਮੈਂ ਕੀਤੀ, ਮੈਂ ਛੋਟਾ ਹੀ ਸੀਗਾ, ਆਪਣੀਆਂ ਭੈਣਾਂ ਦੀ ਸ਼ਾਦੀ, ਮੇਰੇ ਪਿਤਾ ਜੀ ਆ ਹੀ ਨਹੀਂ ਸਕੇ ਸ਼ਾਦੀ ਦੇ ਵਿੱਚ। ਇੱਕ ਸ਼ਾਦੀ ਜਿਹੜੀ, ਜਿਹੜੇ ਮੇਰੇ ਬ੍ਰਦਰ ਲਾਅ ਹੁਣ ਜਸਟਿਸ ਰਣਜੀਤ ਸਿੰਘ ਰੰਧਾਵਾ, ਜਿਨ੍ਹਾਂ ਨੇ ਕਮਿਸ਼ਨ ਦੀ ਰਿਪੋਰਟ ਦਿੱਤੀ ਆ, ਉਹਨਾਂ ਦੀ ਸ਼ਾਦੀ ਦਰਬਾਰ ਸਾਹਿਬ ਦੇ ਵਿੱਚ ਅੰਦਰ, ਜਦੋਂ ਗ੍ਰਿਫਤਾਰੀ ਦੇਣ ਚੱਲੇ ਸੀ ਪਾਪਾ ਜੀ 1982 ਦੇ ਧਰਮ ਯੁੱਧ ਮੋਰਚੇ 'ਚ, ਲਾਵਾਂ ਪੜੀਆਂ ਗਈਆਂ, ਸੰਤ ਹਰਚੰਦ ਸਿੰਘ ਲੌਂਗੋਵਾਲ ਜਿੰਦੇ ਸੀਗੇ, ਉੱਥੇ ਉਹਨਾਂ ਦੀ ਸ਼ਾਦੀ ਕਰਕੇ ਉੱਥੇ ਲੰਗਰ ਛੱਕ ਕੇ ਅਤੇ ਨਾਲ ਹੀ ਅਗਲੇ ਪਾਸੇ ਕੁਛ ਘੰਟਿਆਂ ਬਾਅਦ ਗ੍ਰਿਫਤਾਰੀ ਦੇ ਦਿੱਤੀ ਸੀ। ਤਾਂ ਜਦੋਂ ਇੱਥੇ ਘਰ ਵਿੱਚ ਕੋਈ ਬੈਠਣਾ, ਮੈਂ ਬੈਠਾ ਸੀਗਾ, ਮੇਰਾ ਸੰਪਰਕ ਬਣਦਾ ਗਿਆ, ਤੁਸੀਂ ਸਾਰੇ ਮੇਰੇ ਦੋਸਤ ਮਿੱਤਰ ਬਣਦੇ ਗਏ, ਅਤੇ ਇੱਦਾਂ ਮੈਂ ਰਾਜਨੀਤੀ ਵਿੱਚ ਆਇਆ। ਮੈਂ ਕੋਈ ਟ੍ਰੇਨਡ ਪ੍ਰੋਫੈਸ਼ਨਲ ਨਹੀਂ ਗਾ ਪੋਲੀਟਿਕਸ ਦਾ, ਮੈਂ ਆਪਣੇ ਦਿਲ ਨਾਲ ਕੰਮ ਲੈਂਦਾ ਵਾਂ, ਲੈਣਾ ਚਾਹੀਦਾ ਦਿਮਾਗ ਦੇ ਨਾਲ ਕੰਮ, ਸਮਝ ਗਏ ਤੁਸੀਂ, ਦਿਮਾਗ ਨਾਲ ਕੰਮ ਲੈਣ ਵਾਲੇ ਬਹੁਤ ਹੁਸ਼ਿਆਰ ਬੰਦੇ ਬੈਠੇ ਨੇ, ਕਿੱਥੋਂ ਆਏ, ਕਿੱਧਰੋਂ ਆਏ, ਕਿੱਧਰ ਬਣ ਗਏ, ਤੁਹਾਡੇ ਸਾਹਮਣੇ ਆ ਸਾਰਾ ਕੁਝ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਪਰ ਮੈਂ ਆਪਣੇ ਤਰੀਕੇਕਾਰ ਬਦਲਣਾ ਨਹੀਂ ਗਾ, ਮੈਨੂੰ ਕੁਛ ਨਹੀਂ ਫਰਕ ਪੈਂਦਾ ਮੈਨੂੰ ਨਤੀਜਾ, ਮੈਂ ਕਿਉਂਕਿ ਮੈਂ ਇੱਥੇ ਕੋਈ ਪੈਸੇ ਜਮ੍ਹਾਂ ਕਰਨ ਵਾਸਤੇ ਤਾਂ ਆਇਆ ਨਹੀਂ ਇਸ ਗੱਲ ਵਿੱਚ, ਮੈਂ ਤਾਂ ਜਿੱਦਾਂ ਦਾ ਹੈਗਾ ਇੱਦਾਂ ਹੀ ਰਹੂੰਗਾ। ਪਰ ਇਹ ਤੁਹਾਨੂੰ ਕਹਿਣਾ ਚਾਹੁੰਦਾ, ਮੈਂ ਜਿੱਥੇ ਰਹਾਂ ਜਿੱਦਾਂ ਦਾ ਰਹਾਂ, ਤੁਸੀਂ ਇਹ ਮਤ ਸਮਝਣਾ ਕਿ ਮੈਂ ਆਪਣੇ ਲੋਕਾਂ ਦੇ ਨਾਲ ਕਦੀ ਕੋਈ ਬੇਈਮਾਨੀ, ਕੋਈ ਚੀਟਿੰਗ, ਕੋਈ ਫਰੋਡ, ਅਕਸਰ 3.25 ਕਰੋੜ ਆਬਾਦੀ ਆ, ਮੈਂ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕੰਮ ਕੀਤਾ, ਕੋਈ ਇੱਕ ਵੀ ਬੰਦਾ ਜਾਇਜ਼ ਕੰਪਲੇਂਟ, ਝੂਠੇ ਦਾ ਇੱਥੇ 50 ਫਿਰਦੇ ਨੇ ਸ਼ਿਕਾਇਤਾਂ ਕਰਨ ਵਾਲੇ, ਇੱਕ ਵੀ ਬੰਦਾ ਜਾਇਜ਼ ਜਿਹੜਾ ਕਹੇ ਕਿ ਅਸੀਂ ਕਿਸੇ ਨਾਲ ਕੋਈ ਬੇਈਮਾਨੀ ਕੀਤੀ, ਕੋਈ ਫਰੋਡ ਕੀਤਾ, ਕਦੀ ਨਹੀਂ ਕੀਤਾ, ਨਾ ਅਗਾਂਹ ਕਰਨਾ ਵਾ। ਸੋ ਇਸ ਲਈ ਆ ਜਿਹੜਾ ਕੰਮ ਬਣਾਏ ਗਏ ਨੇ, ਇਹ ਵੀ ਸਾਡੀ ਰਿਸਪੋਂਸਿਬਿਲਿਟੀ ਆ। ਇੱਥੇ ਜ਼ਿਕਰ ਹੋਇਆ 55 ਕਿਲੋਮੀਟਰ ਸੜਕਾਂ ਬਣੀਆਂ ਆਪਾਂ ਨੇ, ਜਿਹੜੀਆਂ ਪਹਿਲਾਂ ਰੂਟੀਨ 'ਚ ਬਣੀਆਂ, ਮੈਂ ਬਾਅਦ ਵਿੱਚ ਚਲੇ ਗਿਆ, ਚਰਨਜੀਤ ਸਿੰਘ ਚੰਨੀ ਜਿਹੜੇ ਚੀਫ ਮਿਨਿਸਟਰ ਬਣੇ, ਮੈਂ ਕਿਹਾ ਥੋੜ੍ਹਾ ਲੇਟ ਸੀਗਾ ਅਤੇ ਮੈਨੂੰ ਐਕਸਟਰਾ ਦਿਓ, ਉਹ ਕਹਿੰਦੇ ਹਾਂ ਜ਼ਰੂਰ, ਉਹਨਾਂ ਨੇ ਗੱਲ ਸੁਣੀ, ਦਲੀਲ ਸੁਣੀ, ਮੈਨੂੰ ਨਾਲ ਹੀ ਸੈਂਕਸ਼ਨ ਕਰ ਦਿੱਤੀ। 55 ਕਿਲੋਮੀਟਰ ਨਵੀਆਂ ਲਿੰਕ ਰੋਡਸ ਬਣ ਗਈਆਂ ਜਿੱਦਾਂ ਦੀ ਆਪਣੀ ਇਹ ਬਣ ਗਈ, ਇਸ ਤੋਂ ਬਾਅਦ ਅਸੀਂ ਲਖਣ ਕੇ ਪੱਟੇ ਜਾਣਾ। ਇਸ ਤੋਂ ਇਲਾਵਾ ਜਿਹੜੇ ਪਿੰਡਾਂ ਨਾਲ ਪਿੰਡ ਜੋੜਿਆ, ਮੈਂ ਇਹ ਨਹੀਂ ਕਿਹਾ ਕਿ ਮੈਨੂੰ ਸੜਕ ਮਿਲ ਗਈ ਆ, ਮੇਰੀ ਡਿਸਕ੍ਰਿਪਸ਼ਨ ਸੀ 100% ਕਿ ਮੈਂ ਪਹਿਲਾਂ ਆਪਣੇ ਬੰਦਿਆਂ ਦੇ ਘਰਾਂ ਨੂੰ ਲਾ ਜਾ, ਇੱਦਾਂ ਨਹੀਂ ਕੀਤਾ ਮੈਂ, ਔਰ ਬਹੁਤੀਆਂ ਸੜਕਾਂ 'ਤੇ ਮੈਨੂੰ ਕਿਸੇ ਨੇ ਕਿਹਾ ਵੀ ਨਹੀਂਗਾ, ਮੈਂ ਆਪੇ ਸੋਚ ਕੇ, ਜਿੱਦਾਂ ਗਡਾਣੀ ਤੋਂ ਤਾਜਪੁਰ ਤੋਂ ਗਡਾਣੀ ਇੱਕ ਲਿੰਕ ਬਣਨਾ ਸੀ, ਅੱਛਾ 2 ਕਿਲੋਮੀਟਰ, ਸੰਗਰਾਵਾਂ ਤੋਂ ਗਡਾਣਾ, ਉਹ ਪਰੇ ਸੰਗੋਜਲਾ ਲਾਸਟ ਪਿੰਡ ਹੈ, ਸੰਗੋਜਲੇ ਤੋਂ ਨਰਕਟ, ਪੰਡਾਲ ਵੇਟ ਤੋਂ ਕੁਛ ਘੱਟੋ ਘੱਟ ਜਿੱਦਾਂ 25-30-40 ਡੇਰੇ ਨੇ, ਉਹ ਸਾਰੀਆਂ ਸੜਕਾਂ ਜਿੱਦਾਂ ਬੈਠੇ ਰਿਸ਼ਪਾਲ ਜੀ ਆ, ਬੀਬੀ ਦਾ ਜ਼ਿਕਰ ਹੋਇਆ ਵਾ, ਇੰਨੇ ਸਾਲ ਬਣੀ ਰਹੀ ਆ ਮਨਿਸਟਰ ਅਤੇ SGDC ਦੇ ਪ੍ਰੈਜ਼ੀਡੈਂਟ, ਬੇਕੋਵਾਲ ਦੇ ਲਾਗੇ ਇੱਕ ਪਿੰਡ ਅਵਾਣ ਹੈ, ਉਹਦੀ ਲੋਕੇਸ਼ਨ ਇਹੋ ਜਿਹੀ ਆ, ਉਹ ਨੁੱਕਰ ਜੀ 'ਤੇ ਫਸਿਆ ਹੋਇਆ, ਅਤੇ ਅਵਾਣਾ ਤੋਂ ਜਿਹੜਾ ਬੱਸੀ ਜੈਦ ਦਾ ਇਲਾਕਾ ਭੋਗਪੁਰ ਰੋਡ ਹੈ, ਉਹ ਸਿੱਧੀ ਡਾਇਰੈਕਟ ਹੈ ਵੈਸੇ, ਕਿਉਂਕਿ ਉੱਥੇ ਬਈ ਜਾਂਦੀ ਆ, ਥਰੂ ਬਈ ਦੇ ਉੱਤੋਂ ਦੀ ਟੱਪ ਕੇ ਸਿੱਧਾ ਜਾ ਸਕਦੇ, ਬਈ ਦਾ ਪੁਲ ਬਣਾਇਆ ਹੋਇਆ ਉੱਥੇ ਸੰਤਾਂ ਨੇ, ਕਾਰ ਸੇਵਾ ਵਾਲਿਆਂ ਨੇ, ਅਤੇ ਉਹ ਸਿੱਧਾ ਅਸੀਂ ਇਸ ਵਾਰ ਅਸੀਂ ਹੁਣ ਸੜਕ ਉੱਥੇ ਬਣਾਈ ਆ, ਇਹਨਾਂ ਨੇ ਕਦੀ ਸੜਕ ਨਹੀਂ ਬਣਾਈ, ਔਰ ਜਿਹੜੇ ਅਵਾਣਾ ਦੇ ਲੋਕ ਸੀ ਉਹਨਾਂ ਨੂੰ ਪਹਿਲਾਂ ਬੇਕੋਵਾਲ ਚ ਲੈ ਕੇ, ਉਹਨਾਂ ਨੂੰ ਸਾਰਾ ਬੇਕੋਵਾਲ ਘੁੰਮ ਕੇ ਮੁੜ ਕੇ ਇੱਥੇ ਬੱਸੀ ਜਾਣਾ ਪੈਂਦਾ ਸੀ, ਉਹ ਚੱਲ ਜਾਣਾ ਉਹਨਾਂ ਇੱਥੋਂ ਸਿੱਧਾ, ਉਹ ਵੀ ਬਣਾ ਸਕਦੇ ਸੀ। ਦਰਿਆ ਦੇ ਉੱਤੇ ਤੁਸੀਂ ਬੰਦ ਸੁਖਜਿੰਦਰ ਨੇ ਜ਼ਿਕਰ ਕੀਤਾ ਮਿੱਠੂ ਨੇ, 28 ਕਿਲੋਮੀਟਰ ਲੰਬੀ ਸੜਕ ਆ ਪੂਰੀ ਬੱਲੋਚੱਕ ਤੋਂ ਲੈ ਕੇ ਪੂਰੇ ਉਸ ਢਿਲਵਾਂ ਦੇ ਫਾਟਕ ਤੱਕ। ਅਗਲਾ ਮੇਰਾ ਹੈਗਾ ਟੀਚਾ ਕਿ ਜਿਹੜਾ ਧਾਲੀਵਾਲ ਬੇਟ ਤੋਂ ਢਿਲਵਾਂ ਦੇ ਪੁਲ ਤੋਂ ਆਪਾਂ ਕਿਸ਼ਨਗੜ੍ਹ ਦੇ ਨਾਲ ਕਿਸ਼ਨ ਸਿੰਘ ਵਾਲਾ ਦੇ ਨਾਲ ਆਪਾਂ ਸੜਕ ਜੋੜਨੀ, 14-15 ਕਿਲੋਮੀਟਰ ਹੋਰ ਰਹੇਗੀ ਬਸ,
ਇਹਦਾ ਮਤਲਬ ਜਿਹੜਾ ਬੱਲੋਚੱਕ ਤੋਂ ਚੜਿਆ ਕਰੂਗਾ ਸਿੱਧਾ ਸੁਲਤਾਨਪੁਰ ਲੋਧੀ ਜਾਇਆ ਕਰੂਗਾ ਉੱਤੋਂ ਦਰਿਆ ਦੇ ਨਾਲ ਨਾਲ ਹੀ। ਹੁਣ ਬਹੁਤ ਸਾਰੇ ਲੋਕਾਂ ਨੇ ਆਪਣੇ ਮੰਡ ਦੇ ਇਲਾਕੇ ਲੋਕਾਂ ਨੇ ਜਿਹੜੇ ਮੰਡ ਦੇ ਅੰਦਰ ਰਹਿੰਦੇ ਆ ਉਹਨਾਂ ਨੇ ਬਲਤੋਂ ਅੰਮ੍ਰਿਤਸਰ ਜਾਣਾ ਪੈਣਾ, ਉਹ ਸਾਰਾ ਮੰਡ ਉੱਤਰ ਕੇ ਬ੍ਰਾਹਮਣ ਉੱਤਰ ਕੇ ਨਡਾਲਾ ਉੱਤਰ ਕੇ ਇੱਥੋਂ ਜਾ ਕੇ ਭਜਵਾ ਜਾ ਕੇ ਫਾਟਕ ਵਿੱਚ ਵੀ ਲੰਘ ਕੇ ਤੇ ਅੱਗੇ ਅੰਮ੍ਰਿਤਸਰ ਜਾਂਦੇ ਸਾਰੇ ਹੁਣ ਮੰਡ ਵਾਲੇ ਨੇ ਉੱਥੋਂ ਆਪਣੇ ਰੈਂਪ ਦੇ ਉੱਤੇ ਚੜਿਆ ਕਰਨਾ ਸਿੱਧਾ ਟੀ ਟੀ ਰੋਡ ਦਾ। ਔਰ ਬਹੁਤ ਸਾਰੇ ਜ਼ਿਲ੍ਹਿਆਂ ਨੂੰ ਫਾਇਦਾ ਹੋਣਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਤਿੰਨ ਚਾਰ ਜ਼ਿਲ੍ਹੇ ਜਿਹੜੇ ਆਪਣੇ ਮਾਝੇ ਦੇ ਅੰਦਰ ਦੁਆਬੇ ਦੇ ਉਹਨਾਂ ਨੂੰ ਫਾਇਦਾ ਹੋਣਾ, ਉਹਨਾਂ ਨੇ ਸਿੱਧਾ ਇਹ ਸੜਕ ਦੇ ਨਾਲ ਅੰਮ੍ਰਿਤਸਰ, ਜਲੰਧਰ, ਦੁਆਬਾ, ਮਾਲਵਾ ਸਭ ਨਾਲ ਕਨੈਕਟ ਹੋ ਜਾਣਾ। ਸੋ ਇਸ ਕਰਕੇ ਇਸ ਤਰ੍ਹਾਂ ਦੇ ਕੰਮ ਮੈਨੂੰ ਪਤਾ ਵਾ ਕਿ ਮੈਂ ਕੀ ਰਿਸਪੋਂਸੀਬਿਲਿਟੀ ਆ। ਜੇ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ, ਮੈਂ ਦੁਬਾਰਾ ਲੋਕਾਂ ਦੇ ਵਿੱਚ ਜਾਣਾ ਵਾ ਤੇ ਮੈਂ ਕੁਛ ਕਾਰਗੁਜ਼ਾਰੀ ਕਰਕੇ ਦਿਖਾਊਂਗਾ, ਪਹਿਲੋਂ ਲੋਕ ਮੈਨੂੰ ਜਿਹੜਾ ਹੈਗਾ ਵੋਟ ਪਾਉਣ ਦਾ ਯਕੀਨ ਬਚੇਗਾ। ਤਾਂ 4-5 ਮਹੀਨਿਆਂ 'ਚ ਮੈਂ ਯਕੀਨ ਰੱਖਣਾ ਮੈਂ ਬਹੁਤ ਐਫਰਟ ਕਰਕੇ ਆਹ ਸਾਰੀਆਂ ਸੜਕਾਂ 28 ਕਿਲੋਮੀਟਰ, 55-80-90 ਕਿਲੋਮੀਟਰ ਸੜਕ ਨਵੀਂ ਬਣ ਰਹੀ ਆਪਣੀ ਕੌਂਸਟੀਚੁਐਂਸੀ 'ਚ। ਫਿਰ ਆਪਣੇ ਜਿਹੜੇ ਕੋਈ ਸਕੂਲਸ ਦਾ ਕੰਮ ਸੀਗਾ, ਫਿਰ ਜਿੱਦਾਂ ਇਹਨਾਂ ਨੇ ਕਿਹਾ ਅਸੀਂ 10 ਕਰੋੜ ਰੁਪਇਆ ਇੱਕ ਲੈ ਕੇ ਆਏ ਅਤੇ ਲਗਭਗ 3 ਕਰੋੜ ਰੁਪਇਆ ਗ੍ਰਾਂਟਸ ਅਲੱਗਾ ਲੈ ਕੇ ਆਏ, 13 ਕਰੋੜ ਰੁਪਏ ਦੇ ਨਾਲ ਪਿੰਡਾਂ 'ਚ। ਹੁਣ ਭਾਵਾਂ ਆਪਾਂ ਉਸ ਨੂੰ ਯੂਜ਼ ਕਰੀਏ, ਇਹ ਹੁਣ ਸਰਪੰਚਾਂ ਦੇ ਮਨਸਰ ਹੈ, ਉਹ ਅਗਲ ਮਹੀਨਾ ਕਿੰਨਾ ਕੁ ਇਸਤੇਮਾਲ ਕਰਦੇ ਆ। ਸਾਰੇ ਇਲਾਕੇ ਦੀਆਂ SC ਧਰਮਸ਼ਾਲਾ ਨੂੰ, ਸਾਰੇ ਇਲਾਕੇ ਦੀਆਂ SC ਸ਼ਮਸ਼ਾਨ ਘਾਟਸ ਨੂੰ ਪ੍ਰਾਇਰਟੀ 'ਤੇ ਲਿਆ ਕੇ ਉਹਨਾਂ ਨੂੰ ਫੰਡ ਦੇਣ ਦੀ ਕੋਸ਼ਿਸ਼ ਕੀਤੀ। ਬਾਬਾ ਮੱਖਣ ਸ਼ਾਹ ਰਵਾਣਾ ਦਾ ਇੱਕ ਇਤਿਹਾਸਿਕ ਗੇਟ, ਮਨਪ੍ਰੀਤ ਸਿੰਘ ਬਾਦਲ ਉਹਨਾਂ ਕੋਲ ਗਿਆ, ਉਹਨਾਂ ਨੇ ਮੈਨੂੰ 15 ਮਿੰਟਾਂ 'ਚ 50 ਲੱਖ ਰੁਪਇਆ ਕੱਢ ਕੇ ਦੇ ਦਿੱਤਾ ਗਵਰਨਮੈਂਟ ਦੇ ਫੰਡਸ ਵਿੱਚੋਂ, ਉਹ ਅਸੀਂ ਬੇਗੋਵਾਲ ਗੇਟ ਬਣਾ ਰਹੇ ਹਾਂ। ਜਿਹੜਾ ਮੈਂ ਸਿਰਫ ਕੋਈ ਉਹਨਾਂ ਦੀ ਨੁਕਤਾਚੀਨੀ ਨਹੀਂ ਗਈ, ਪਰ ਜੇ ਆਪਣੀ ਲੜਾਈ ਇੱਥੇ ਇਸ ਇਲਾਕੇ ਵਿੱਚ ਬੀਬੀ ਜਗੀਰ ਕੌਰ ਦੇ ਨਾਲ ਹੈ ਤਾਂ ਤੁਹਾਨੂੰ ਪੁੱਛਣਾ ਚਾਹੁੰਦਾ, ਅਸੀਂ 5-5 ਇਲੈਕਸ਼ਨਾਂ ਲੜੀਆਂ ਦੋਨਾਂ ਨੇ, ਹੁਣ ਸਾਡੀ 6ਵੀਂ ਹੋਣੀ ਇਸ ਵਾਰੀ, ਅਤੇ ਮੈਂ ਤਾਂ ਤੁਹਾਨੂੰ ਦੱਸਦਾ ਕਿ ਮੇਰਾ ਸਿਤਾਰਾ ਕਮਜ਼ੋਰ ਸੀ, ਮੈਂ ਤਾਂ ਵਿਰੋਧੀ ਦਿਲ ਅਤੇ ਪਰਚੇ ਅਤੇ ਬੁਰੀ ਹਾਲਤ, ਉਹ ਤਾਂ ਰਾਜ ਹੀ ਕੀਤਾ ਉਹਨਾਂ ਨੇ। 2 ਵਾਰੀ ਉਹਨਾਂ ਨੂੰ ਪਹਿਲੀ 97 'ਚ ਪਹਿਲੀ ਇਲੈਕਸ਼ਨ ਲੜੀ ਬੀਬੀ ਜਗੀਰ ਕੌਰ ਨੂੰ, ਬਾਦਲ ਸਾਹਿਬ ਨੇ ਚੱਕ ਕੇ ਇਮੀਡੀਏਟਲੀ ਮਿਨਿਸਟਰ ਬਣਾ ਦਿੱਤਾ। ਮਿਨਿਸਟਰ ਕੋਈ ਛੋਟੀ ਜਿਹੀ ਗੱਲ ਹੁੰਦੀ ਹੈ, ਨਾ ਮੈਨੂੰ ਬਣਾਓ ਜਰਾ ਮਿਨਿਸਟਰ, ਮੈਂ 6 ਮਹੀਨੇ ਤੁਹਾਨੂੰ ਦੱਸੂ ਮਿਨਿਸਟਰ ਕਰਦਾ ਕੀ ਹੁੰਦਾ। ਅਤੇ ਉਹ ਮਿਨਿਸਟਰ ਬਣ ਗਏ, ਕੁਛ ਨਹੀਂ ਕੀਤਾ, ਕੋਈ ਕਾਰਗੁਜ਼ਾਰੀ ਉਹਨਾਂ ਦੇ ਲਾਗੇ ਸੀ, ਮੰਡ ਉਹਨਾਂ ਦੇ ਲਾਗੇ ਸੀ, ਆ ਜਿਹੜੀ ਗੱਲਾਂ ਮੈਂ ਤੁਹਾਨੂੰ ਬਣਾ ਰਿਹਾ ਸਾਰੀਆਂ। ਫਿਰ ਉਸ ਤੋਂ ਬਾਅਦ 2012 ਦਿੱਤੇ ਬਾਦਲ ਸਾਹਿਬ ਨੇ, ਫਿਰ ਮਿਨਿਸਟਰ ਬਣਾ ਦਿੱਤਾ, ਫਿਰ ਵੀ ਕੁਛ ਨਹੀਂ ਕੀਤਾ। ਫਿਰ ਉਹਨਾਂ ਨੂੰ SCPC ਪ੍ਰੈਜੀਡੈਂਟ ਬਣਾ ਦਿੱਤਾ, ਅੱਜ ਵੀ SCPC ਪ੍ਰੈਜੀਡੈਂਟ ਨੇ, ਦੱਸ ਦਿਓ ਉਹਨੂੰ ਕੀ ਕਾਰਗੁਜ਼ਾਰੀ SCPC ਪ੍ਰੈਜੀਡੈਂਟ ਦੀ। SCPC ਪ੍ਰੈਜੀਡੈਂਟ ਕੌਣ ਹੈ? ਚਲੋ ਛੱਡੋ, ਇੱਟਾਂ ਰੋੜੇ ਨਾਲੀਆਂ ਨਹੀਂ ਬਣਾਈਆਂ ਉਹਨਾਂ ਨੇ, ਸੜਕਾਂ ਨਹੀਂ ਬਣਾਈਆਂ, ਸਿੱਖਾਂ ਦੀ ਪੋਪ ਆ। ਅਤੇ ਦੱਸੋ ਮੈਨੂੰ SCPC ਪ੍ਰਧਾਨ ਨੇ ਕਦੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲੇ ਨਿਖੇਧੀ ਕੀਤੀ ਕਰੀ? ਇੱਕ ਲਫ਼ਜ਼ ਬੋਲਿਆ ਵਾ ਬਸ, ਬਾਦਲ ਸੁਖਬੀਰ ਬਾਦਲ ਕੇ ਮਜੀਠੀਆ, ਇੱਕ ਲਫ਼ਜ਼ ਬੋਲਿਆ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ। ਔਰ ਇਹਨਾਂ ਲੋਕਾਂ ਨੇ ਉਹ ਡੇਰੇ ਦੇ ਸਾਧ ਨਾਲ ਸਮਝੌਤਾ ਕੀਤਾ ਹੋਇਆ, ਇਹਦੇ ਯਾਦ ਆ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਵਾਲਾ ਕੇਸ ਚੱਲਿਆ ਸੀਗਾ ਡੇਰਾ ਸਾਧ ਦੇ ਖਿਲਾਫ 2012 'ਚ, ਉੱਥੇ ਬਠਿੰਡੇ ਦੀ ਅਦਾਲਤ ਵਿੱਚ ਉਹਨੂੰ ਸਜ਼ਾ ਹੋਣੀ ਸੀਗੀ। ਸੁਖਬੀਰ ਸਿੰਘ ਬਾਦਲ ਨੇ ਐਨ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਉਹ ਸਾਰਾ ਮੁਕਦਮਾ ਵਾਪਸ ਲੈ ਲਿਆ, ਡੇਰੇ ਵਾਲਾ ਬਰੀ ਹੋ ਗਿਆ। ਫਿਰ ਕੱਲ੍ਹ ਤੱਕ ਤਾਂ ਉਹਨੂੰ ਸਪੈਸ਼ਲ ਮੀਟਿੰਗ ਕਾਲ ਕਰਕੇ ਉਹਨੂੰ ਮਾਫ਼ੀਨਾਮਾ ਦਿੱਤਾ ਕਿ ਮਾਫ਼ੀ ਮੰਗੀ ਵੀ ਨਹੀਂ ਉਹਨੇ, ਆਹ ਕਰ ਲਈ ਅੱਜ ਦੇ ਅੱਜ ਦੇ ਨੇ। ਇੱਕ ਲਫ਼ਜ਼ ਮੈਨੂੰ ਦਿਖਾ ਦਿਓ ਜਿਹੜਾ ਬੀਬੀ ਜਗੀਰ ਕੌਰ ਨੇ ਕਦੇ ਕਿਹਾ ਹੋਵੇ ਕਿ ਬਹਿਬਲ ਕਲਾਂ ਵਿੱਚ ਜਿਹੜੇ 2 ਨੌਜਵਾਨ ਮਾਰੇ ਗਏ ਨੇ ਗਲਤ ਆ, ਕਤਲ ਹੋਇਆ ਵਾ, ਇੱਕ ਲਫ਼ਜ਼ ਉਹ ਪੁਲਿਸ ਵਾਲਿਆਂ ਨੂੰ ਬਚਾਉਂਦੇ ਰਹੇ ਆ, ਸੈਣੀ ਸੁਮੇਧ ਸਿੰਘ ਜਿਹੜਾ ਚੱਡੇ ਪਾੜਦਾ ਸੀ ਸਿੱਖਾਂ ਦੇ ਨੌਜਵਾਨਾਂ ਦੇ, ਉਹਨਾਂ ਨੂੰ ਬਚਾਉਂਦੇ ਸੀ, ਇਹ ਕਰ ਲਈ ਨਹੀਂ ਅੱਜਕੱਲ੍ਹ। ਇਸ ਲਈ ਮੈਂ ਜਿੱਦਾਂ ਕਿਹਾ ਕਿ ਤੁਹਾਡੀ ਕਚਹਿਰੀ 'ਚ ਗੱਲ, ਤੁਸੀਂ ਦੇਖਣਾ ਕਿ ਕੌਣ ਕਿੱਦਾਂ ਦੇ ਕਿਰਦਾਰ ਦਾ ਮਾਲਕ ਹੈ, ਕੌਣ ਸਾਡੀ ਹਿਫਾਜ਼ਤ ਕਰ ਸਕਦਾ। ਮੈਂ ਰੁਦਰਪੁਰ ਤੋਂ ਇਲੈਕਸ਼ਨ ਤਾਂ ਨਹੀਂ ਸੀ ਲਾਣੀ, ਜਿਹੜਾ ਨਵਰੀ ਡਿਪਟੇ ਦਾ ਜਿਹੜਾ 26 ਜਨਵਰੀ ਨੂੰ ਕਤਲ ਹੋਇਆ, ਪੁਲਿਸ ਨੇ ਮਾਰਿਆ ਉਹ ਟਰੈਕਟਰ ਪਰੇਡ ਦੇ ਦੌਰਾਨ, ਮੈਂ ਉੱਥੋਂ ਤੱਕ ਇਲੈਕਸ਼ਨ ਤਾਂ ਨਹੀਂ ਲਾਣੀ, ਮੈਨੂੰ ਵੀ ਕੋਈ ਲੋੜ ਨਹੀਂ, ਮੈਂ ਵੀ ਚੁੱਪ ਕਰਕੇ ਬੈਠਾ ਰਹਿੰਦਾ। ਜਦ ਯੁਆਪਾ ਵਰਗੇ ਕਾਲੇ ਕਾਨੂੰਨ 'ਚ ਲੋਕਾਂ ਦੇ ਪਰਚੇ ਦਰਜ ਹੋਏ ਸਾਰੇ ਪੰਜਾਬ 'ਚ, ਜਿਹੜਾ ਦੇਸ਼ ਧਰੋਹ ਦੇ ਮੁਕੱਦਮੇ ਦਰਜ ਹੋਏ ਆਪਣੇ ਇਲਾਕੇ 'ਚ ਹੋਇਆ, ਜਿੱਥੇ ਇੱਕ ਜੋਗਿੰਦਰ ਸਿੰਘ ਗੁੱਜਰ ਆ, ਅਕਾਲਾ ਪਿੰਡ ਆ, ਬਾਗੜੀਆਂ ਦੇ ਲਾਗੇ, ਲਵਾਣਾ ਬਾਈ ਕਾਸਟ, ਮੈਂ ਜਾਣਦਾ ਵੀ ਨਹੀਂ ਉਹਨੂੰ ਸੀਗਾ। ਮੈਂ ਅਖਬਾਰ ਪੜ੍ਹੀ ਅਗਲੇ ਦਿਨ ਸਵੇਰੇ, ਕਹਿੰਦੇ ਜੀ ਦੇਸ਼ ਧਰੋਹ ਦੇ ਮੁਕੱਦਮੇ 'ਚ ਜੋਗਿੰਦਰ ਸਿੰਘ ਗੁੱਜਰ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ। ਮੈਂ ਉਹ ਇਮੀਡੀਏਟਲੀ ਉਹਦੇ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਉੱਥੇ ਪਹੁੰਚਿਆ ਪਿੰਡ, ਮੈਂ ਕਿਹਾ ਸਾਡੇ ਇਲਾਕੇ 'ਚ ਤਾਂ ਕਿਹੜਾ ਆ ਗਿਆ ਜਿਹੜਾ ਦੇਸ਼ ਧਰੋਹ ਦਾ ਮੁਕੱਦਮਾ ਜਿੱਥੇ ਦਰਜ ਕੀਤਾ। ਪਿੰਡ ਵਾਲਿਆਂ ਨੇ ਕਿਹਾ ਜੀ ਇਹਨਾਂ ਨੇ ਕਦੇ ਕੀੜੀ ਵੀ ਨਹੀਂ ਮਾਰੀ, ਉਹਦਾ ਮੈਂ ਮੱਥਾ ਲਾ ਕੇ ਸਰਕਾਰ ਦੇ ਨਾਲ ਪਹਿਲਾਂ ਜੋਗਿੰਦਰ ਸਿੰਘ ਗੁੱਜਰ ਨੂੰ ਜੇਲ੍ਹ ਵਿੱਚੋਂ ਕਢਾਇਆ, ਪਰਚਾ ਨਹੀਂ ਕਿਹਾ ਇੱਧਰ ਕਢਾਇਆ, ਜੇਲ੍ਹ 'ਚੋਂ ਕਢਾਇਆ, ਫਿਰ ਉਹਦਾ ਪਾਸਪੋਰਟ ਵਾਪਸ ਕਰਵਾਇਆ। ਜਦੋਂ ਮੈਂ ਇਹ ਕੰਮ ਕੀਤਾ ਮੈਨੂੰ ਸਾਰੇ ਪੰਜਾਬ 'ਚੋਂ ਫੋਨ ਆਏ, ਪਟਿਆਲਾ, ਸਮਾਣਾ, ਕੈਥਲ, ਮਾਨਸਾ, ਕਿ ਸਾਡੇ ਬੱਚੇ ਵੀ ਇਸ ਕਾਨੂੰਨ ਵਿੱਚ ਗਲਤ ਗ੍ਰਿਫਤਾਰ ਕੀਤੇ ਗਏ। ਮੈਂ ਉੱਥੇ ਗਿਆ, ਸੇਰਾ ਪਿੰਡ ਆ ਰਾਜਪੁਰ ਦੇ ਉੱਚੋਂ, ਉੱਥੇ ਗਿਆ, ਅਚਾਨਕ ਪਿੰਡ ਆ ਮਾਨਸਾ, ਕੈਥਲ ਦਾ ਇੱਕ ਮੁੰਡਾ ਸੀ ਲਵਪ੍ਰੀਤ ਸਿੰਘ, ਉਹਨੂੰ ਜਵਾਬਾਂ 'ਚ ਗ੍ਰਿਫਤਾਰ ਕੀਤਾ।
पांच बच्चे मैं पंजाब के होर छिटाए जवापा के पिछों तो जवापा पैगी ठल उन्होंने पता लग गया कि इतने लोग विरोध करने वाले बैठे आ मेरे से जो मुकदमे दर्ज किया रेल हो करके होया सारा इसलिए मेरे सत्कारयोग वीरो बजुर्गो भराओ के सारे पिंड इलाके की क्री मैं तो तुम कहा मैं इस तरह का जज्बाती जहा बंदा वा मैं काली सूची चो बंदे कढ़ाए आज जो जोगिंद गुजर मैं बाद पता कराया कहते बीजेपी का सपोर्टर से उन्हें कभी टैलीफोन करके भी नहीं हाल पूछा उसको मैं काली सूची चो जो ब्लैकलिस्ट करते जो बाहरों नहीं आ सकते फिर एक मैं अप्रोच किया बागवान कोर पिंड का दलजीत सिंह नंबरदार घसीटा सिंह का मुंडा उन्हें मैं अप्रोच किया अमेरिका तो कहता जी मेरा प्यो भी मर गया मेरी माँ बहुत बीमार है बुजुर्ग है मैं आने नहीं दिता जा रहा मैं वह एक महीने च काली सूची चो ना डिलीट किया तो दलजीत सिंह इतने आते गया अपने इलाके का शायद कुलदीप सिंह एक परिवार है धारीवाल बेट तो उन्होंने नाम कटाया काली सूची चो यही काम ने कला गलियां बनाई जा बनाई जा रूड़ी पाई जानी तो उदा मैं बंदा है बुत उस बुत तो तुम की करवा वा थोड़ी हिफाजत करने वाला नुमाइंदा विधानसभा के उ खड़क के बोलने वाला बंदा जरा गल उ पहुँचावे इस तरह के नाल मैं अपना जिंदगी काम किया वा नफा तो नुकसान जरा हाथ में है उस परमात्मा की अदालत में मैं अपने वो काम नेक नीति अपना काम करके इतने रखता हाले बहुत कुछ होर करना वा अगली सरकार परमात्मा की कृपा ना अपनी बननी है वह कारण है अकाली दल बेअदबिया चो नहीं निकल पा रहा बैबल कान के कतल के जो खून है उन्होंने कपड़े के उ छिटे पे हुए उन्होंने दो गुरसिख नौजवान के डेरा सच्चा सौ साध के समझौता बच्चे बच्चे को पंजाब के पता लग गया इस करके सरकार अगली एक बार फिर बनाओ मेरा थोड़े वादा वा कि अगली सरकार आप सतारा भी ठीक करना है कि अपना है सतारा ठीक करके उस सरकार के बिच बैठना वा तो फिर तुम अपने इलाके के जो काम रेंगे ने जो बहुत तेजी एजुकेशन के नैटवर्क हेल्थ केयर के नैटवर्क डिवेलपमेंट के पक्ष तो कोई अच्छी कोई इंडस्ट्री जिद गरीब जनता को कोई मुलाजमत मिल सके ये सारे काम आप अगे करना वा जो सरकार ने हम ताजे फैसले ले ने। दो किलो वोट तो थले गरीबा उन्होंने बिल माफ किए हैं बहुत घर फायदा हो रहा एक फैसला हो बहुत अच्छा आ रहा है कि आप हम लाल लकीर के अंदर आप मलकीयत के हकूक मिलन जा रहे हैं सब तो ना तो रजिस्ट्रियां हो मालिक बनोगे पैसा सरकार खर्चेगी उस रजिस्ट्री को तुम चक के कोई बैंक चो करजा चुकना कोई कितने गरंटी देनी किसी अदालत में जमानत देनी आप अधिकार अपने को रखेंगे सो मैं इसलिए ज्यादा गल्लां कीतियां क्योंकि तुम मैं बड़े सारे प्यारे हैं बहुत चंगे हैं कई बार छोटी मोटिया नाराजगियां हो जाएगा उन्होंने इदा मत समझा करो कि मैं कोई बुरो किसी ने बेईमानी करता मैं कभी नहीं करता अजगिंदर सिंह भुला जी बैठे हैं आप पिछले बैठो देखो ये कुताले पिंड तो ये मेरे पिता जी के नाल कितों के काम करते रहे जेलों जाते रहे मोर्चा जाते रहे आ बैठे ने कुताले तो मैं कभी किसी अगर किसी ना मेरा कोई है मैं कभी गुरेज नहीं किया मैं मेरे फर्ज करो किसी ना मैं कोई गलत गल हो जाए मैं सॉरी कह मैं माफ़ी मंगनी कभी गुरेज नहीं किया कोई नहीं मंगता माफ़ी इस देश के ठीक है ना सारे हैं करता तो करता मैं कभी माफ़ी मंगन की गुरेज नहीं अगर मेरे तो कोई गलती हुई है सो ता सारे का मैं बहुत शुक्रगुजार हाँ बहुत सारे पिंड में हले जाना टाइम ज़्यादा लग गया क्योंकि तुम अब बड़े अरसे तो बाद आप सारे एकत्र हुए हैं तो आप जी रही हुई कसर है लेट की वो आप आने वाले समय से जरूर कटा तो सारे का बहुत बहुत शुक्रिया अदा करता धन्यवाद करता प्यार सारे पते जवाब दो वाहेगुरू जी का खालसा शुक्रिया जी।